ਜੀ ਜਸੀਮ ਸਾਮਾ ਬੁਰਛਾ ਅਤੇ ਸਭ ਤੋਂ ਪਹਿਲੇ ਤਾਂ ਯਾਰ ਮੇਰੀ ਆਵਾਜ਼ ਨੂੰ ਕਾਇੰਡਲੀ ਐਕਸਕਿਊਜ਼ ਕਰਨਾ ਕਿਉਂਕਿ ਸਰਦੀ ਹੋ ਗਈ ਆ ਅਤੇ ਮੈਨੂੰ ਲੱਗਦਾ ਮੇਰਾ ਗਲਾ ਖਰਾਬ ਆ, ਲੇਕਿਨ ਮੈਂ ਯਕੀਨ ਨਹੀਂ ਕਰਦਾ, ਲੇਕਿਨ ਮੈਨੂੰ ਲੱਗਦਾ ਮੇਰਾ ਗਲਾ ਖਰਾਬ ਆ। ਅਤੇ ਦੂਸਰਾ ਇਹ ਆ ਕਿ ਜੋਬ 'ਚ ਭਾਈ ਜਾ ਰਿਹਾ, ਸੁਬਹ ਸੁਬਹ ਦਾ ਟਾਈਮ ਆ, ਇਹ ਹੱਸਦਾ ਇਹਨਾਂ ਦਾ ਬੜਾ ਵੱਡਾ ਇੱਥੇ ਨਾ ਸੁਪਰ ਮਾਰਕੀਟ ਆ, ਇਹ ਤੁਹਾਨੂੰ ਹਰ ਸ਼ਾਇ ਲੱਭ ਜਾਂਦੀ ਇੱਥੋਂ, ਹੱਸਦਾ ਤੋਂ ਅਜਦਾ ਹੋ ਗਿਆ, ਐਲ ਡੀ ਹੋ ਗਿਆ, ਫਿਰ ਫਾਰਮ ਫੂਡਸ ਹੋ ਗਿਆ, ਇਸ ਤਰ੍ਹਾਂ ਦੇ ਨਾ ਵੱਡੇ ਵੱਡੇ ਸਟੋਰ ਆ ਇਹਨਾਂ ਦੇ, ਉਹ ਤੁਹਾਨੂੰ ਹਰ ਸ਼ਾਇ ਲੱਭ ਜਾਂਦੀ। ਇਹ ਉਲਟੀ ਸਾਈਡ 'ਤੇ ਆ ਬੜੀ ਮਾਰਕੀਟ ਆ, ਇਹ ਵਾਲੀ ਇੱਥੇ ਸੀਗਾ, ਇਹ ਮਾਰਕੀਟ ਆ। ਅਤੇ ਜੋਬ 'ਤੇ ਜਾ ਰਿਹਾ ਭਾਈ, ਲੇਕਿਨ ਅੱਜ ਮੈਂ ਉਹ ਗਲਤੀ ਨਹੀਂ ਕਰਨੀ ਪਹਿਲੇ ਵਾਲੀ, ਆਹ ਮੈਂ ਆਪਣੀ ਅੰਬਰੇਲਾ ਨਾਲ ਲੈ ਕੇ ਜਾ ਰਿਹਾ, ਕਿਉਂਕਿ ਲਾਸਟ ਟਾਈਮ ਮੈਂ ਗਿਆ ਸੀ ਵਿੱਚ ਹੀ ਬਾਰਿਸ਼ ਆ ਗਈ ਅਤੇ ਮੈਂ ਗਿੱਲਾ ਹੁੰਦਾ ਆਇਆ, ਅਤੇ ਉਹਦੇ ਨਾਲ ਭਾਈ ਇੱਕ ਤਾਂ ਇੱਥੇ ਹਵਾ ਬੜੀ ਤੇਜ਼ ਚੱਲਦੀ ਹੈ, ਠੰਡ ਲੱਗਦੀ ਆ, ਅਤੇ ਉੱਤੋਂ ਫਿਰ ਬਾਰਿਸ਼ ਹੋਣ ਲੱਗ ਜਾਂਦੀ, ਅਤੇ ਉਹ ਕੰਮ ਬੜਾ ਖਰਾਬ ਹੁੰਦਾ। ਅਤੇ ਅੱਜ ਮੈਂ ਆਪਣੀ ਅੰਬਰੇਲਾ ਨਾਲ ਲੈ ਕੇ ਜਾ ਰਿਹਾ, ਵੈਸੇ ਸਨੀ ਡੇ ਆ, ਲੇਕਿਨ ਯਾਰ ਸਨੀ ਡੇ ਦਾ ਪਤਾ ਕੋਈ ਨਹੀਂ ਲੱਗਦਾ, ਅੱਧੇ ਘੰਟੇ 'ਚ ਹਰ ਸ਼ਾਇ ਉਹ ਵਾਈਸ ਵਰਸਾ ਹੋ ਜਾਂਦੀ ਆ। ਐਨੀਵੇ ਦੁਆਵਾਂ 'ਚ ਯਾਦ ਰੱਖਣਾ, ਅਤੇ ਅੱਲਾ ਪਾਕ ਵੀ ਸਭ ਨੂੰ ਕਾਮਯਾਬ ਕਰੇ। ਓਵਰ ਐਂਡ ਆਊਟ।